ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿੱਦਾਂ? ਸਾਰੇ ਠੀਕ ਠਾਕ ਹੋ? ਤੇ ਆਪਾਂ ਵੀ ਵਧੀਆ ਠੀਕ ਠਾਕ ਆ। ਤੇ ਗੁਰਸ਼ਨ, ਚਲੋ ਗੁਰਸ਼ਨ ਵੀ ਆ ਗਿਆ। ਪਹਿਲਾਂ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ। ਆਹ ਦੇਖ, ਪਹਿਲਾਂ ਸਤਿ ਸ਼੍ਰੀ ਅਕਾਲ ਕਰੋਗੇ ਨਾ, ਫਿਰ ਹੀ ਦੇਖਣਾ। ਆਹ ਦੇਖ, ਅਸੀਂ ਉਹਨਾਂ ਨੇ ਕੀ ਬਣਾਇਆ ਹੈ। ਤੇ ਗੁਰਸ਼ਨ ਅੱਜ ਖੇਡਦਾ ਪਿਆ ਵਾ ਆਪਣੇ ਖਿਡੌਣਿਆਂ ਨਾਲ। ਗੱਡੀ ਨਹੀਂ ਕਰਨ ਵਾਲੀ, ਤੇ ਉਹ ਵੇਖੋ ਇਹਨੇ ਗੱਡੀ ਨਹੀਂ ਕਰਨ ਵਾਲਾ ਬਣਾਇਆ, ਜਿੱਦਾਂ ਆਪਾਂ ਆਪਣੇ ਸਭ ਨੇ ਨਹੀਂ ਕਰਨ ਵਾਲਾ, ਸਭ ਨੇ ਨਹੀਂ ਕਰਨ ਵਾਲਾ ਆ। ਠੀਕ ਆ, ਪਹਿਲੇ ਸਤਿ ਸ਼੍ਰੀ ਅਕਾਲ ਕਰੋ ਨਾ। ਸਤਿ ਸ਼੍ਰੀ ਅਕਾਲ ਦਾ ਪਹਿਲਾਂ ਆ ਦੇਖ, ਉਹਨਾਂ ਨੂੰ ਆਈ ਹੁੰਦਾ ਨਾ। ਹਾਂ, ਉਹਨਾਂ ਨੇ ਦੇਖ ਰਿਹਾ, ਕਹਿੰਦੇ ਬਹੁਤ ਸੋਹਣਾ ਆ। ਤੇ ਕਹਿੰਦੇ ਗੁਰਸ਼ਾਨ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਨਹੀਂ ਕੀਤੀ। ਸਤਿ ਸ਼੍ਰੀ ਅਕਾਲ ਕਰ ਦੋ ਨਾ। ਡੈਗੀ ਡੈਗੀ ਡੌਗੀ ਤੇ ਹੈਗੇ ਆ, ਤੈਨੂੰ ਸਤਿ ਸ਼੍ਰੀ ਅਕਾਲ ਕਰ ਦੋ। ਮੇਰੇ ਸੱਸੇ ਨੇ ਕਿੱਦਾਂ ਦੇਖ ਕੇ ਆਈ ਆ। ਤੇ ਆਪਾਂ ਅੱਜ ਅੱਗੇ ਆਪਾਂ ਹਮੇਸ਼ਾ ਹੀ ਕੋਈ ਸਬਜ਼ੀ ਜਾਂ ਕੋਈ ਇੱਦਾਂ ਦੀ ਖਾਣ ਵਾਲੀ ਚੀਜ਼ ਦੇ ਬਣਾਈਦੀ ਸੀ, ਅਤੇ ਅੱਜ ਆਪਾਂ ਸੋਚਿਆ ਵੀ ਕੋਈ ਸਵੀਟ ਡਿਸ਼ ਬਣਾਈ ਜਾਏ। ਅਤੇ ਫਿਲਹਾਲ ਮੈਂ ਸੋਚਿਆ ਆ ਵੀ ਆਪਾਂ ਬਣਾਈਏ ਬੇਸਣ ਦੀ ਬਰਫੀ। ਅਤੇ ਕਿਉਂਕਿ ਸਾਡੇ ਇਡਲੀ 'ਚ ਹੁਣ ਥੋੜ੍ਹਾ ਜਿਹਾ ਮੌਸਮ ਜਿਹੜਾ ਚੇਂਜ ਹੋ ਗਿਆ ਵਾ, ਕੁਛ ਠੰਡਾ ਠੰਡਾ ਜਿਹਾ ਹੋ ਗਿਆ ਵਾ, ਉਹਦੇ ਨਾਲ ਮੈਨੂੰ ਥੋੜ੍ਹਾ ਜਿਹਾ ਕੋਲਡ ਵੀ ਹੋਇਆ ਵਾ, ਅਤੇ ਕੋਲਡ ਦੇ ਨਾਲ ਮੇਰੀਆਂ ਅੱਖਾਂ 'ਚ ਪਾਣੀ ਵੀ ਨਿਕਲੀ ਜਾਣ ਡਿਆ ਵਾ। ਪਰ ਮੈਂ ਸੋਚਿਆ ਵੀ ਕੁਛ ਨਾ ਕੁਛ ਜ਼ਰੂਰ ਬਣਾਈਏ ਤਾਂ ਜੋ ਸਾਰਿਆਂ ਨੂੰ ਪਤਾ ਲੱਗਦਾ ਰਹੇ। ਅਤੇ ਜੀ, ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਅਤੇ ਜਿਹੜਾ ਸਾਡੀ ਵੀਡੀਓ ਨੂੰ ਸਾਰੇ ਵੇਖਦੇ ਹੋ ਕਮੈਂਟ ਕਰਕੇ, ਬਹੁਤ ਸੋਹਣੇ ਸੋਹਣੇ ਕਮੈਂਟ ਸਾਰੇ ਹੀ ਦਿੰਦੇ ਆ। ਅਤੇ ਪਲੀਜ਼ ਇੱਦਾਂ ਹੀ ਸਾਰੇ ਜਣੇ ਪਿਆਰ ਕਰਦੇ ਰਹੋ। ਅਤੇ ਗੁਰਸ਼ਾਨ ਦੇਖ ਲਓ ਆਪਣੇ ਛੋਟੇ ਛੋਟੇ ਖਿਡੌਣੇ ਲੈ ਕੇ, ਤੁਹਾਨੂੰ ਸਾਰੇ ਦਿਖਾਉਂਦਾ ਪਿਆ ਆ। ਚਲੋ ਠੀਕ ਆ, ਮਾਰਿਆ ਤੇ। ਤੇ ਆ ਜਾਓ ਆਪਾਂ ਬਣਾਈਏ ਅੱਜ ਬੇਸਣ ਦੀ ਬਰਫੀ, ਤਿਆਰੀ ਕਰੀਏ। ਤੇ ਆਪਾਂ ਹੁਣ ਬੇਸਣ ਬਣਾਵਾਂਗੇ, ਉਹਦੇ ਵਾਸਤੇ ਮੈਂ ਦੇਸੀ ਘਿਓ ਆ ਇਹਦੇ ਵਿੱਚ ਇੱਕ ਬੇਸਣ ਕੌਲੀ ਅਤੇ ਚੀਨੀ ਲਈ ਆ। ਅਤੇ ਇੱਧਰ ਆਪਾਂ ਆਪਣੀ ਕੜਾਹੀ ਜਿਹੜੀ ਰੱਖ ਲਈ ਆ ਗੈਸ 'ਤੇ, ਪਰ ਗੈਸ ਚਾਲੂ ਨਹੀਂ ਕੀਤਾ, ਅਤੇ ਗੈਸ ਚਾਲੂ ਕਰਦੇ ਹਾਂ। ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਨੂੰ ਪਲੀਜ਼ ਜ਼ਰੂਰ ਇੱਕ ਗੱਲ ਤੁਸੀਂ ਜ਼ਰੂਰ ਮੈਨੂੰ ਦੱਸਿਆ ਕਰੋ ਵੀ ਆਪਾਂ ਹੋਰ ਕਿਹੜੀ ਨਵੀਂ ਤੋਂ ਨਵੀਂ ਜਿਹੜੀ ਡਿਸ਼ ਆ ਬਣਾ ਕੇ ਤੁਹਾਨੂੰ ਦੱਸਿਆ ਕਰੀਏ ਪਲੀਜ਼। ਇਹ ਮੇਰੀ ਚਲੋ ਜੀ, ਆਪਾਂ ਹੁਣ ਸ਼ੁਰੂ ਕਰਦੇ ਹਾਂ ਕੜਾਹੀ। ਗੁਰਸ਼ਾਨ ਖੇਡ ਪਿਆ ਨਾਲ ਨਾਲ। ਬੇਸਣ ਥੋੜ੍ਹਾ ਮਤਲਬ ਕਿ ਘਿਓ ਘੱਟ ਲੱਗੇਗਾ ਤਾਂ ਆਪਾਂ ਦੁਬਾਰਾ ਪਾ ਲਾਂਗੇ। ਅਤੇ ਫਿਲਹਾਲ ਆਪਾਂ ਬੇਸਣ ਜਿਹੜਾ ਵਾ ਪਾ ਲਿਆ ਆ ਜਦੋਂ ਲੋੜ ਪਈ। ਗੁਰਸ਼ਾਨ ਪੁੱਤ ਮਿੱਟੀ ਤਾਂ ਚੱਕਣੀ ਆ, ਪਰ ਇੱਦਾਂ ਜ਼ੋਰ ਨਾ ਹੋਵੇ, ਇੱਦਾਂ ਨਹੀਂ ਪੁੱਤ ਇਹ ਗੈਸ ਥੋੜ੍ਹਾ ਜਿਹਾ ਘੱਟ ਕਰ ਲਿਆ ਕਿਉਂਕਿ ਸਾਡਾ ਬੇਸਣ ਜਿਹੜਾ ਸੜੇ ਨਾ। ਇਹਦੇ ਵਿੱਚ ਆਪਾਂ ਖੰਡ ਵੀ ਜਿਹੜੀ ਕੌਲੀ ਪਾਵਾਂਗੇ, ਮੈਂ ਇਸੇ ਕਰਕੇ ਇਹੀ ਕੌਲੀ ਇੱਕ ਜਿਹੜੀ ਰੱਖ ਲਈ ਲੱਗੀ। ਫਿਰ ਆਪਾਂ ਨਾਲ ਦੀ ਨਾਲ ਅੱਜ ਮੈਨੂੰ ਕੋਲਡ ਵੀ ਹੋਇਆ ਵਾ ਥੋੜ੍ਹਾ, ਲਓ ਘਿਓ ਲਾ ਸਾਡਾ ਘੱਟ, ਹੋਰ ਪਾਣੀ ਥੋੜ੍ਹਾ ਜਿਹਾ। ਜਦੋਂ ਜਦੋਂ ਥੋੜ੍ਹੀ ਥੋੜ੍ਹੀ ਠੰਡ ਵੱਧਦੀ ਜਾਏਗੀ ਫਿਰ ਆਪਾਂ ਥੋੜ੍ਹਾ ਹੋਰ ਅਲੱਗ ਤੋਂ ਚੀਜ਼ ਬਣਾਵਾਂਗੇ, ਕੁਛ ਟਰਾਈ ਕਰਾਂਗੇ। ਫਿਲਹਾਲ ਬੇਸਣ ਬਣਾਉਂਦੇ ਹਾਂ, ਅੱਜ ਮੰਮਾ ਬੇਸਣ ਬਣਾਉਣ ਲਈ ਆ ਛਾਲੀ ਵਾਸਤੇ। ਦੱਸਿਓ ਵੀ ਜਿਹੜੀ ਸਾਡੀ ਪਿਛਲੀ ਵਾਲੀ ਵੀਡੀਓ ਸੀ ਜਿਹੜੀ ਸਾਡੇ ਘਰ ਵਿੱਚ ਮਰਦੀ ਮਹਿਮਾਨ ਰਹੀ ਹਨ ਮਿਲਣ ਵਾਸਤੇ ਸਾਡੇ ਫੋਲੋਅਰ, ਅਤੇ ਦੀਦੀ ਹੋਣੀ ਪਲੀਜ਼ ਉਹਨਾਂ ਦੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਵਧੀਆ ਬਣੀ, ਕਿਉਂਕਿ ਆਪ ਕੋ ਕਾਫੀ ਜ਼ਿਆਦਾ ਮਤਲਬ ਕਿ ਵੀਡੀਓ ਨਹੀਂ ਬਣਾਈ ਗਈ ਇਸ ਕਰਕੇ ਕਿ ਉਹ ਥੋੜ੍ਹਾ ਲੇਟ ਵੀ ਆਏ ਸੀ, ਉਹਨਾਂ ਨੂੰ ਥੋੜ੍ਹਾ ਜਲਦੀ ਜਾਣਾ ਸੀ, ਕਾਫੀ ਦੂਰ ਰਹਿੰਦੇ ਸਾਡੇ ਤੋਂ, ਅਤੇ ਇਸ ਕਰਕੇ ਉਹ ਜਲਦੀ ਜਿਹੜੇ ਆ ਚਲੇ ਗਏ ਸੀ। ਇੱਧਰ ਜਿਹੜਾ ਸਾਡਾ ਤੁਸੀਂ ਬੇਸਣ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੋ ਗਿਆ ਹੈ ਇਹਦਾ, ਸ਼ਾਇਦ ਮੈਨੂੰ ਲੱਗਦਾ ਥੋੜ੍ਹਾ ਘਿਓ ਘੱਟ ਆ, ਪਰ ਨਹੀਂ ਇੰਨੇ ਥੋੜ੍ਹਾ ਜਿਹਾ ਹੋ ਵੀ ਜਾਣਾ ਹੈ, ਫਿਰ ਜੇ ਲੱਗੇਗਾ ਫਿਰ ਪਾ ਲਾਂਗੇ, ਕੋਈ ਗੱਲ ਨਹੀਂ। ਅਤੇ ਇੱਧਰ ਦੇਖੋ ਗੁਰਸ਼ਾਨ ਤੁਸੀਂ ਕੀ ਕਰਦੇ ਹੋ, ਤੁਸੀਂ ਵੇਖੋ ਗੁਰਸ਼ਾਨ ਨੇ ਮੈਟ ਦੇ ਉੱਪਰ ਕੀ ਬਣਾਇਆ ਵਾ ਹਾਲ ਖਿਡੌਣਿਆਂ ਨਾਲ,
ਤੁਸੀਂ ਇਹ ਕੀ ਕਰਦੇ ਹੋ? ਮਿੱਟੀ ਚੁੱਕਦੇ ਹੋ। ਗੁਰਸ਼ਾਨ ਨੂੰ ਮਿੱਟੀ ਲੱਭਦੀ ਨਹੀਂ ਖੇਡਣ ਨੂੰ, ਗੁਰਸ਼ਾਨ ਇੱਦਾਂ ਹੀ ਖੇਡ ਲੈਂਦਾ ਆ। ਕੀ ਕਰਨ ਵਿਚਾਰੇ, ਉਹ ਬਸ ਸਾਰੇ ਖਿਲਾਰਦੇ। ਹੁਣ ਚੱਕੋ ਇਹਨਾਂ ਨੂੰ ਸਾਰਿਆਂ ਨੂੰ। ਅਤੇ ਮੈਂ ਤੁਹਾਡੇ ਨਾਲ ਇੱਕ ਇਹ ਗੱਲ ਕਰਨੀ, ਸ਼ੇਅਰ ਕਰਨੀ ਸੀ, ਕਿਉਂਕਿ ਇੱਕ ਛੋਟੇ ਜਿਹਾ ਇੱਕ ਬੇਟੀ ਆ, ਉਹਦਾ ਨਾਮ ਆ ਗੁਰਲੀਨ ਲਾਈਫਸ, ਉਹਨਾਂ ਦਾ ਚੈਨਲ ਆ ਗੁਰਲੀਨ ਲਾਈਫਸ। ਕਾਫੀ ਵਾਰ ਮੈਨੂੰ ਮੱਕੀ ਮੈਸੇਜ ਆਇਆ ਵੀ ਤੁਸੀਂ ਦੀਦੀ ਪਲੀਜ਼ ਮੇਰੀ ਬੇਟੀ ਦਾ ਨਾਮ ਬੋਲ ਦਿਓ, ਕਿ ਉਹਨਾਂ ਦਾ ਚੈਨਲ ਆ, ਅਤੇ ਪਲੀਜ਼ ਤੁਸੀਂ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਓ। ਅਤੇ ਉਹਨਾਂ ਦਾ ਚੈਨਲ ਦਾ ਨਾਂ ਆ ਗੁਰਲੀਨ ਲਾਈਫਸ, ਅਤੇ ਪਲੀਜ਼ ਉਹਨੂੰ ਵੀ ਸਪੋਰਟ ਕਰਿਓ, ਕਿਉਂਕਿ ਛੋਟੀ ਬੱਚੀ ਆ, ਇਕੱਲੀ ਹੀ ਕੰਮ ਕਰਦੀ ਆ। ਉਹਦੇ ਜਿਹੜੇ ਆ ਮਦਰ ਆ, ਫਾਦਰ ਆ, ਉਹ ਨਹੀਂ ਮਤਲਬ ਵੀਡੀਓ ਵਿੱਚ ਆਉਂਦੇ। ਅਤੇ ਉਹਨਾਂ ਦਾ ਕਾਫੀ ਵਾਰੀ ਮੈਨੂੰ ਮੈਸੇਜ ਆਇਆ ਕਿ ਦੀਦੀ ਪਲੀਜ਼ ਤੁਸੀਂ ਮੇਰੀ ਜੇ ਬੇਟੀ ਦਾ ਤੁਸੀਂ ਨਾਂ ਬੋਲ ਦਿਓ ਵੀ ਉਹ ਕੰਮ ਕਰਦੀ ਆ। ਅਤੇ ਇਸ ਕਰਕੇ ਚਲੋ ਸਾਨੂੰ ਹਰ ਇੱਕ ਦੀ ਇੱਕ ਦੂਸਰੇ ਦੀ ਸਪੋਰਟ ਕਰਨੀ ਚਾਹੀਦੀ ਆ, ਇੱਦਾਂ ਕਿ ਚਲੋ ਆਪਾਂ ਸਾਰੇ ਮਿਲ ਕੇ ਜੇ ਕੰਮ ਕਰਾਂਗੇ ਤਾਂ ਚਲੋ ਸਾਨੂੰ ਵਧੀਆ ਲੱਗੂਗਾ। ਅਤੇ ਇੱਧਰ ਤੁਸੀਂ ਵੇਖੋ ਸਾਡਾ ਬੇਸਨ ਕਿੰਨਾ ਸੋਹਣਾ ਬਣ ਗਿਆ, ਬੱਬਲਸ ਬਣ ਲਿਆ। ਅਤੇ ਚਲੋ ਅੱਗੇ ਅੱਗੇ ਬਣਾਉਂਦੇ ਹਾਂ, ਤਿਆਰ ਕਰਦੇ ਹਾਂ। ਤੁਸੀਂ ਕੀ ਕਰਦੇ ਹੋ ਗੁਰਸ਼ਾਨ? ਕੁਛ ਨਹੀਂ ਕਰਦੇ। ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਤੁਹਾਡੇ ਵਾਸਤੇ ਹੋਰ ਕਿਹੜੀ ਚੀਜ਼ ਬਣਾਈਏ, ਅਤੇ ਕਿਹੜੀ ਅਸੀਂ ਨਵੀਂ ਤੋਂ ਨਵੀਂ ਜਿਹੜੀ ਟਰਾਈ ਕਰੀਏ, ਅਤੇ ਆਪਾਂ ਉਹ ਤੁਹਾਡੇ ਵਾਸਤੇ ਜ਼ਰੂਰ ਬਣਾਵਾਂਗੇ, ਕਰਾਂਗੇ। ਮੈਂ ਟਰਾਈ ਜ਼ਰੂਰ ਕਰੂੰਗੀ ਅਤੇ ਆਪਾਂ ਤੁਹਾਡੇ ਨੂੰ ਦਿਖਾਵਾਂਗੇ। ਅਤੇ ਚਲੋ ਬੇਸਣ ਜਿਹੜਾ ਤਿਆਰ ਕਰ ਲਈਏ। ਇੱਦਾਂ ਤੁਸੀਂ ਵੇਖ ਸਕਦੇ ਹੋ ਮੈਂ ਥੋੜ੍ਹੇ ਬਦਾਮ ਹੀ ਕਰਸ਼ ਕੀਤੇ। ਇਹ ਆਲੋ ਆਪਣਾ ਹੱਥ ਕਰੋ ਇੱਦਾਂ ਕਰਕੇ ਨਾ, ਇੱਦਾਂ 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 ਥੋੜ੍ਹੇ 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 ਕਰਕੇ ਇੱਦਾਂ ਇੱਦਾਂ। ਚਲੋ ਜੀ, ਗੁਰਸ਼ਾਨ ਨੇ ਕਈ ਥਾਵਾਂ ਦੇ ਇੱਕੋ ਥਾਂ ਪਾ ਦਿੱਤੇ। ਇਹ ਆਲੋ ਆਪਣਾ ਹੱਥ ਲਓ, ਹੱਥ ਕਰੋ ਇੱਦਾਂ ਕਰਕੇ ਪਾਉਣੇ, ਇੱਦਾਂ ਇੱਦਾਂ ਕਰਕੇ। ਇਹ ਵੇਖੋ ਇੱਦਾਂ ਇੱਦਾਂ। ਓ ਨੋ, ਸਾਡਾ ਜਿਹੜਾ ਬੇਸਣ ਆ ਹੁਣ ਥੋੜ੍ਹਾ ਜੰਮ ਜੂਗਾ, ਫਿਰ ਆਪਾਂ ਇਹਦੀ ਜਦੋਂ ਕਟਿੰਗ ਕਰਾਂਗੇ ਫਿਰ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਕਿੱਦਾਂ ਦਾ ਬਣਿਆ। ਗੁਰਸ਼ਾਨ ਪੁੱਤ ਗਰਮ ਬਹੁਤ ਵਾ, ਉਂਗਲਾਂ ਸਾੜ ਲਿਓ ਠੀਕ ਹੈ। ਆਲੋ ਹੱਥ ਕਰੋ ਅਤੇ ਆਲੋ ਜੀ, ਸਾਡਾ ਬਣ ਕੇ ਹੈ ਬੇਸਣ ਤਿਆਰ ਆ, ਕਟਿੰਗ ਕਰਨ ਵਾਲੀ ਆ। ਜੇ ਕਿਸੇ ਦਾ ਦਿਲ ਕਰਦਾ ਖਾਣ ਨੂੰ ਤਾਂ ਮੋਸਟ ਵੈਲਕਮ। ਅਤੇ ਆਹ ਡਿੱਗਿਆ ਪਤੋ ਟੇਬਲ ਤਾਂ ਚੱਕੋ, ਅਤੇ ਜ਼ਰੂਰ ਆ ਸਕਦਾ, ਮੋਸਟ ਵੈਲਕਮ ਆ, ਆਓ ਜੀ ਅਤੇ ਖਾਈਏ ਬੇਸਣ ਆਪਾਂ ਸਾਰੇ ਜਾਣੇ। ਦੇਖੋ ਲਓ ਜੀ, ਸਾਡੀ ਜਿਹੜੀ ਆ ਬੇਸਣ ਆ ਬਣ ਕੇ ਜਿਹੜਾ ਤਿਆਰ ਹੋ ਗਿਆ, ਇਹਨੂੰ ਆਪਾਂ ਕੱਟ ਲਿਆ ਵਾ। ਅਤੇ ਇਹਦੇ ਉੱਪਰ ਥੋੜ੍ਹਾ ਥੋੜ੍ਹਾ ਦੇਸੀ ਘਿਓ ਜਿਹੜਾ ਵਾ ਜੰਮ ਗਿਆ, ਕਿਉਂਕਿ ਮੈਂ ਥੋੜ੍ਹਾ ਟਾਈਮ ਫਰਿੱਜ ਰੱਖਿਆ ਸੀ ਅਤੇ ਵੇ ਉਹ ਇਹ ਟੁੱਟ ਗਿਆ। ਚਲੋ ਕੋਈ ਨਾ, ਇੱਧਰੋਂ ਕੱਟ ਕੇ ਵੇਖ ਲੈਂਦੇ ਹਾਂ। ਵੈਸੇ ਤਾਂ ਮੈਂ ਇਹਦੇ ਕੱਟ ਕੀਤਾ ਸੀ, ਮੈਂ ਸ਼ਾਇਦ ਚਲੋ ਕੱਟਿਆ ਜਾਊਗਾ। ਅਤੇ ਉਹ ਥੋੜ੍ਹਾ ਟਾਈਮ ਮੈਂ ਫਰਿੱਜ 'ਚ ਲਾਤਾ, ਕਿਉਂਕਿ ਗੁਰਸ਼ਾਨ ਬਹੁਤ ਜਿੱਦ ਕਰਦਾ ਪਿਆ ਸੀ ਕਿ ਮੰਮਾ ਮੈਨੂੰ ਹੁਣੇ ਖਾਣ ਨੂੰ ਦੇਵੋ। ਅਤੇ ਮੈਂ ਪੁੱਤ ਥੋੜ੍ਹਾ ਜਿਹਾ ਹੋ ਜੂਗਾ, ਤਾਂ ਫਿਰ ਇਹਨੂੰ ਮੈਂ ਥੋੜ੍ਹਾ ਜਿਹਾ ਕੱਢ ਕੇ ਪੀਸ ਅਲੱਗ ਅਲੱਗ ਕਰਦੀ ਹਾਂ ਅਤੇ ਫਿਰ ਆਪਾਂ ਦੇਖਦੇ ਹਾਂ। ਲਓ ਜੀ, ਆਪਾਂ ਇਹਨਾਂ ਨੂੰ ਕੱਢ ਲਿਆ ਆ ਅਤੇ ਇਹਨਾਂ ਨੂੰ ਆਪਾਂ ਹੁਣ ਜਿਹੜਾ ਪਲੇਟ 'ਚ ਪਾਉਣ ਲਈ ਕੱਢ ਲਈਏ ਵੱਖਰਾ। ਅੱਛਾ ਨੇ ਪਿੱਛੇ ਪੁੱਤ, ਮੈਂ ਦੇਖਣਾ ਆ। ਤੁਸੀਂ ਕੀ ਵੇਖਣਾ ਆ? ਮੈਂ ਦੇਖਦਾ ਆ। ਵੇਖੀ ਜਾਓ, ਮੰਮਾ ਕਰਦੇ ਪਏ ਆ ਤਾਂ ਤੁਸੀਂ ਵੇਖੋ। ਕਿੰਨਾ ਸੰਨੀ ਨੇ, ਮੈਂ ਦੇਖਣਾ ਆ। ਵੇਖਣਾ ਆ, ਇੱਕ ਮਿੰਟ ਵੇਖੋ। ਪਤਾ ਨੀ ਕੀ ਗੱਲ ਆ, ਝੁੱਲ ਨਿਕਲਦਾ ਨੀ ਪਏ ਵੀ, ਅੱਗੇ ਤੇ ਬਹੁਤ ਸੋਹਣੇ ਹੁੰਦੇ ਪਏ ਸੀ। ਲੱਗਦਾ ਕੱਟਣਾ ਹੀ ਪੈਣਾ ਆ, ਹਨਾ ਕਿੰਨਾ ਸਵਾਦ ਆ। ਫਿਰ ਕਰਕੇ ਦੱਸੋ ਕਿੱਦਾਂ, ਮੰਮਾ ਨੂੰ ਕਰਕੇ ਦੱਸੋ। ਓਏ ਇੰਨੇ ਜੰਮੀ ਜੰਮੀ ਆ। ਤੇ ਇਹਨਾਂ ਨੂੰ ਆਪਾਂ ਪੀਸਾਂ ਨੂੰ ਇੱਦਾਂ ਹੀ ਨਾ ਅਲੱਗ ਕਰ ਲੈਂਦੇ, ਕਿਉਂਕਿ ਇਹਨਾਂ ਮੈਂ ਥੋੜਾ ਟਾਈਮ ਫਰਿੱਜ 'ਚ ਰੱਖਿਆ ਸੀ, ਕਿਉਂਕਿ ਗੁਰਸ਼ਾਨ ਇੱਦਾਂ ਜਿੱਦ ਕਰਦਾ ਸੀ ਮੰਮਾ ਪਹਿਲਾਂ। ਮੈਂ ਵੀ ਖਾਣਾ ਆ, ਟੇਸਟੀ ਆ, ਬਹੁਤ ਟੇਸਟੀ ਆ। ਗਲਤੀ ਸਾਡੀ, ਆਪਾਂ ਨੂੰ ਕੱਢਣਾ ਨਹੀਂ ਆਉਂਦਾ।
मेरा तो बहुत बुरा हाल अज हूं छानी ने की खा के दसना है चीजी ते मेनू तुसीं सारे जणे कमेंट करके जरूर दस्यो कि तुहानूं लड़ाई किदां दी लगी साडे छानी किदां दा बणिया सी टेस्टी टेस्टी ही ते मेनू ते वाकया भी बहुत टेस्टी लगा आपां खा के तुहानूं दस्सदे आ बेसन छानी ने खा के दस्सदा किन्ना स्वाद है खाओ 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 फड़ो टेस्टी है मेनू बहुत स्वाद लगा पर मेरा ना थोड़ा बाद भी फर्क पै गया वा थोड़ा कोल्ड होने चलो कोई ना मिलते हैं फिर अगली वीडियो में ओके जी बाय जी सत श्री अकाल जी सारे नू की लावांगे वीडियो आप हम लैपटॉप देते तो वीडियो वेखांगे ओके जी बाय जी सत श्री अकाल जी सारे नू मिलते हैं अगली वीडियो में बाय बाय तुम भी तान बुबी करके कर दो बाय बाय ओके।